ਹਾਂਜੀ, ਅੱਜ ਅਸੀਂ ਸਾਰੇ ਬੇਰਿੰਗ ਕਾਲਜ ਦੇ ਵਿੱਚ ਇਸ ਜਗ੍ਹਾ 'ਤੇ ਇਕੱਠੇ ਹੋਏ ਹਾਂ ਔਰ ਮੈਂ ਧੰਨਵਾਦ ਕਰਦਾ ਰੋਹਾਨ ਟੀਵੀ ਚੈਨਲ ਦਾ ਜਿਹੜੇ ਸਾਡੀ ਕਵਰੇਜ ਕਰਨ ਲਈ ਇਸ ਜਗ੍ਹਾ 'ਤੇ ਪਹੁੰਚੇ ਨੇ। ਬੇਰਿੰਗ ਕਾਲਜ ਜਿਹੜਾ ਮਸਲਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੜੀ ਦੇਰ ਤੋਂ ਭਖਿਆ ਹੋਇਆ ਵਾ ਔਰ ਇੱਥੇ ਕੁਝ ਕਾਂਗਰਸੀ ਲੀਡਰਸ਼ਿਪ ਨੇ ਜਿਹੜਾ ਵਾ ਤ੍ਰਿਪਤ ਰਜਿੰਦਰ ਬਾਜਵਾ ਜੀ ਔਰ ਪਲੈਨਿੰਗ ਬੋਰਡ ਦੇ ਚੇਅਰਮੈਨ ਡਾਕਟਰ ਨਿੱਜਰ ਇਹਨਾਂ ਦੇ ਸਰਕਾਰੀ ਕੁਝ ਅਹੁਦੇਦਾਰਾਂ ਨੂੰ ਇਸ ਜਗ੍ਹਾ 'ਤੇ ਭੇਜਿਆ ਸੀ ਕਿ ਕਾਲਜ ਦੀ ਜ਼ਮੀਨ ਅਤੇ ਗਰਾਊਂਡ ਦੇ ਉੱਤੇ ਕਬਜ਼ਾ ਕੀਤਾ ਜਾਏ, ਬਟ ਨੋਨ ਟੀਚਿੰਗ ਸਟਾਫ ਨੇ ਉਸ ਦਿਨ ਬੜੀ ਹਿੰਮਤ ਦੇ ਨਾਲ ਬੇਰਿੰਗ ਕਾਲਜ ਦੀ ਗਰਾਊਂਡ ਨੂੰ ਬਚਾਇਆ ਔਰ ਅੱਜ ਉਸ ਮਾਮਲੇ 'ਚ ਪੂਰੀਆਂ ਹਰ ਸਾਡੇ ਮਿਸ਼ਨ ਹਰ ਇੱਕ ਪਾਰਟੀ ਬਜਟ ਉੱਪਰ ਉੱਠ ਕੇ ਸਾਰੇ ਅੱਜ ਇਸ ਜਗ੍ਹਾ 'ਤੇ ਇੱਕ ਹੋ ਕੇ ਅਸੀਂ ਪਹੁੰਚੇ ਸੀਗੇ। ਅੱਜ ਸ਼ਕਤੀ ਪ੍ਰਦਰਸ਼ਨ ਦਿੱਤਾ ਔਰ ਮੈਂ ਬੜਾ ਇਸ ਸੰਬੰਧ ਅੱਜ ਇਸ ਚੀਜ਼ ਦੀ ਖੁਸ਼ੀ ਹੋਈ ਹੈ ਕਿ ਬਾਰਿਸ਼ ਦੇ ਵਿੱਚ ਵੀ ਸਾਡੇ ਨੌਜਵਾਨ ਵੀਰ ਭੈਣਾਂ ਬਜ਼ੁਰਗ ਇਸ ਜਗ੍ਹਾ 'ਤੇ ਪਹੁੰਚੇ। ਕਿਸੇ ਨੇ ਬਾਰਿਸ਼ ਦੀ ਮਾਹੌਲ ਨੂੰ ਨਹੀਂ ਵੇਖਿਆ ਕਿ ਅਸੀਂ ਆਰਾਮ ਨਾਲ ਘਰ ਬਹਿ ਜਾਈਏ ਔਰ ਇਹ ਜਜ਼ਬਾ ਜਿਹੜਾ ਵਾ ਇਹ ਆਉਣ ਵਾਲਾ ਸਮਾਂ ਮੈਂ ਕਹਿੰਦਾ ਮਸੀਹ ਭਾਈਚਾਰੇ ਦੇ ਲਈ ਬੜਾ ਵਧੀਆ ਜਿਹੜਾ ਸਾਬਤ ਹੋਣ ਦਾ ਇਹ ਸਬੂਤ ਆ ਕਿ ਜਿਸ ਤਰ੍ਹਾਂ ਅੱਜ ਲੋਕਾਂ ਨੇ ਠੱਠਾ ਮਾਰਦਾ ਇਕੱਠ ਆਇਆ ਵਾ ਇਸ ਜਗ੍ਹਾ ਦੇ ਉੱਤੇ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੀ ਕ੍ਰਿਸਚਨ ਪ੍ਰੋਪਰਟੀਜ਼ ਦੇ ਉੱਤੇ ਕਬਜ਼ੇ ਕਰਨ ਵਾਲੀ ਸੋਚ ਨੂੰ ਬੰਦ ਕਰ ਦਿਓ। ਕੋਈ ਵੀ ਕਿਸੇ ਵੀ ਸੂਰਤ 'ਤੇ ਸਾਡੇ ਜਿਹੜੇ ਬੇਰਿੰਗ ਕਾਲਜ 'ਤੇ ਪਹਿਲਾਂ ਹੀ ਸਾਡੀ ਆਨ ਅਤੇ ਸ਼ਾਨ ਆ, ਸਾਡੇ ਪੰਜਾਬ ਦੀ ਕੀ ਬਲਕਿ ਪੂਰੀ ਦੁਨੀਆ 'ਚ ਇਸ ਕਾਲਜ ਦਾ ਨਾਮ ਆ। ਸੋ ਮੈਂ ਚਾਹਾਂਗਾ ਕਿ ਸਰਕਾਰ ਇਸ ਗੱਲ ਦੇ ਲਈ ਚੰਗੀ ਤਰ੍ਹਾਂ ਸਮਝ ਆਵੇ ਕਿ ਸਾਡੀ ਪ੍ਰੋਪਰਟੀਜ਼ ਨੂੰ, ਕ੍ਰਿਸਚਨ ਪ੍ਰੋਪਰਟੀ ਨੂੰ, ਚਾਹੇ ਕਿਸੇ ਵੀ ਮਿਸ਼ਨ ਦੀ ਆ, ਅਗਰ ਉਹਦੇ ਨਾਲ ਛੇੜਖਾਨੀ ਕੀਤੀ ਜਾਏਗੀ ਤਾਂ ਸਾਡਾ ਭਾਈਚਾਰਾ ਇਸੇ ਤਰ੍ਹਾਂ ਏਕਤਾ ਦਾ ਸਬੂਤ ਦੇ ਕੇ ਇਹਨਾਂ ਦਾ ਵਿਰੋਧ ਕਰੇਗਾ। ਮੇਰਾ ਨਾਂ ਥੋਮਸ, ਮੈਂ ਕਾਨੂੰਵਾਨ ਤੋਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ। ਅੱਜ ਅਸੀਂ ਬੇਰਿੰਗ ਕਾਲਜ ਬਟਾਲੇ ਦੇ ਵਿੱਚ ਪੰਜਾਬ ਦਾ ਕ੍ਰਿਸਚਨ ਭਾਈਚਾਰਾ ਇਸ ਕਰਕੇ ਇਕੱਠਾ ਹੋਇਆ ਕਿ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਪਤਾ ਟੀਵੀ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਬਹੁਤ ਹੀ ਰੌਲਾ ਸੀ ਕਿ ਸਰਕਾਰ ਕਾਂਗਰਸ ਦੀ ਆ, ਇੱਥੋਂ ਦਾ ਇੱਕ ਮੰਤਰੀ ਆ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬੇਰਿੰਗ ਕਾਲਜ ਦੇ ਵਿੱਚੋਂ ਦੀ ਆਪਾਂ ਰੋਡ ਕੱਢਣਾ। ਤਹਿਸੀਲਦਾਰ ਸਾਹਿਬ ਗਲਤ ਤਰੀਕੇ ਨਾਲ ਆਏ। ਜਦੋਂ ਪੂਰੇ ਪੰਜਾਬ 'ਚ ਮਸੀਹਾਂ ਨੂੰ ਪਤਾ ਲੱਗ ਗਿਆ ਅਤੇ ਅੱਜ 28 ਤਰੀਕ ਹੈ, 28 ਤਰੀਕ ਵਾਲੇ ਦਿਨ ਪੂਰਾ ਸਮੁੱਚਾ ਮਸੀਹ ਭਾਈਚਾਰਾ ਠਾਠਾ ਮਾਰਦਾ ਇਕੱਠਾ ਹੋਇਆ ਸੀ। ਸਭ ਤੋਂ ਪਹਿਲਾਂ ਮੈਂ ਬਿਸ਼ਪ ਫਰੈਂਕੋ ਜੀ ਦਾ ਧੰਨਵਾਦ ਕਰਦਾ ਹਾਂ, ਐਡਮਿਨਿਸਟ੍ਰੇਟਰ ਬਿਸ਼ਪ ਅਗਨੈਲੋ ਜੀ, ਖਾਸ ਕਰਕੇ ਪੀਕੇ ਸੰਥਰਾਏ ਬਿਸ਼ਪ, ਸਾਰੇ ਬਿਸ਼ਪ ਸਾਹਿਬਾਂ ਦਾ, ਫਾਦਰ ਪੀਟਰ ਜੀ ਦਾ, ਜਿਨ੍ਹਾਂ ਨੇ ਅੱਜ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸਾਰੇ ਮਿਸ਼ਨਾਂ ਦੀਆਂ ਜਿੰਨੇ ਵੀ ਸਾਡੇ ਸਕੂਲ ਨੇ ਬੰਦ ਕਰਕੇ ਸਰਕਾਰ ਨੂੰ ਦੱਸਦਾ ਕਿ ਸਾਡਾ ਆਪਸ ਵਿੱਚ ਕਿੰਨਾ ਪਿਆਰ ਹੈ। ਸੋ ਮੈਂ ਪਹਿਲਾਂ ਗੱਲ ਕਰ ਲਾਂਗਾ, ਮੋਗੇ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਵੀ ਸਾਡਾ ਇਹ ਕੌਨਵੈਂਟ ਸਕੂਲ ਆ, ਉੱਥੇ ਵੀ ਇਹਨਾਂ ਨੇ ਉੱਥੋਂ ਦੀ ਜਗ੍ਹਾ ਮਿਲਣ ਦੀ ਕੋਸ਼ਿਸ਼ ਕੀਤੀ ਆ। ਉਸ ਤੋਂ ਬਾਅਦ ਹਰੀਕੇ ਪੱਤਨ ਸਾਡਾ ਕੌਨਵੈਂਟ ਸਕੂਲ ਆ, ਉਹ ਵੀ ਸਕੂਲ ਦੇ ਵਿੱਚੋਂ ਦੀ ਇਹਨਾਂ ਨੇ ਕਿਹਾ ਸੀ ਰੋਡ ਕੱਢਣਾ। ਉਸ ਤੋਂ ਬਾਅਦ ਬਿਆਸ ਦੇ ਵਿੱਚ ਕੌਨਵੈਂਟ ਸਕੂਲ ਆ ਫਾਦਰ ਲਾਰੈਂਸ, ਸਰਕਾਰ ਕਾਂਗਰਸ ਦੀ ਆ, ਇਹਨਾਂ ਨੇ ਫਾਦਰ ਦੇ ਉੱਪਰ ਉੱਥੇ ਕੋਈ ਹਰਕਤ ਹੋਈ ਸੀ ਅਤੇ ਫਾਦਰ ਦੇ ਜਾਣ ਬੁੱਝ ਕੇ ਪਰਚਾ ਕੀਤਾ। ਅੱਜ ਬੇਰਿੰਗ ਕਾਲਜ ਦੇ ਵਿੱਚ ਵੀ ਕਹਿ ਰਹੇ ਨੇ ਕਿ ਅਸੀਂ ਜਿਹੜੀ ਬੇਰਿੰਗ ਕਾਲਜ ਦੀ ਗਰਾਊਂਡ ਵਾ ਉਹਦੇ ਵਿੱਚੋਂ ਦੀ ਰੋਡ ਕੱਢਣਾ। ਸੋ ਅਸੀਂ ਕਾਂਗਰਸ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਇਹ ਸਾਰੀਆਂ ਮਿਸ਼ਨਾਂ ਇਕੱਠੀਆਂ ਹੋ ਗਈਆਂ ਨੇ ਅਤੇ ਸੋ ਤੁਹਾਨੂੰ ਗੁਜ਼ਾਰਿਸ਼ ਕਿ ਪੰਗਾ ਸਾਡੇ ਨਾਲ ਨਾ ਲਿਓ ਅਤੇ ਇਸ ਕਰਕੇ ਅਸੀਂ ਇੱਥੋਂ ਦਾ ਰੋਡ ਜਿਹੜਾ ਨਹੀਂ ਨੰਗਾ ਦੇਵਾਂਗੇ। ਸਮੁੱਚਾ ਮਸੀਹ ਭਾਈਚਾਰਾ ਅੱਜ ਪੂਰਾ ਚਟਾਨ ਕੀ ਤਰ੍ਹਾਂ ਇਸ ਕਾਲਜ ਦੇ ਵਿੱਚ ਖੜ੍ਹਾ ਹੈ ਔਰ ਖਾਸ ਕਰਕੇ ਮੈਂ ਸਾਰੇ ਮਸੀਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕਾਲਜ ਦੇ ਉੱਪਰ ਖੜ੍ਹੇ ਨੇ, ਗਰਾਊਂਡ ਦੇ ਵਿੱਚ ਆਏ ਨੇ। ਸਾਰਿਆਂ ਨੂੰ ਮੇਰੇ ਵੱਲੋਂ ਜੈ ਯਸ਼ੂ, ਧੰਨਵਾਦ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਵਿਲੀਅਮ ਸੀ ਜੱਟਾ, ਅਸੀਂ ਅੱਜ ਬੇਰਿੰਗ ਕਾਲਜ ਬਟਾਲਾ ਦੇ ਵਿੱਚ ਪਹੁੰਚੇ ਹਾਂ। ਇਹ ਜਿਹੜੀਆਂ
ਘੱਟ ਗਿਣਤੀਆਂ ਦੇ ਉੱਤੇ ਅੱਤਿਆਚਾਰ ਆ, ਇਹ ਕੋਈ ਪਹਿਲਾ ਅੱਤਿਆਚਾਰ ਨਹੀਂ ਆ। ਬਹੁਤ ਚਿਰਾਂ ਤੋਂ ਅੱਤਿਆਚਾਰ ਹੁੰਦੇ ਆਏ ਨੇ ਅਤੇ ਸਹਿਣ ਕਰਦੇ ਆਏ ਹਾਂ। ਸਾਡੀ ਖਾਹਿਸ਼ ਹੁੰਦੀ ਸੀ ਕਿ ਮਿਸ਼ਨਾਂ ਇੱਕ ਹੋਣ ਅਤੇ ਫਿਰ ਹੀ ਇਹਨਾਂ ਨੂੰ ਠੱਲ ਪਾ ਸਕਦੇ ਹਾਂ। ਅੱਜ ਸਾਨੂੰ ਇਸ ਗੱਲੋਂ ਬਹੁਤ ਖੁਸ਼ੀ ਆ ਕਿ ਕੈਥੋਲਿਕ ਮਿਸ਼ਨ ਜਿਹੜੀ ਆ, ਸਮੁੱਚੀ ਕੈਥੋਲਿਕ ਮਿਸ਼ਨ ਜਿਹੜੀ ਆ, ਸਾਰੀ ਮਸੀਹ ਭਾਈਚਾਰੇ ਦੇ ਨਾਲ ਖੜੀ ਹੋਣ ਲਈ ਤਿਆਰ ਆ। ਜਿਹੜੇ ਗੁਰਦਾਸਪੁਰ ਦੇ ਜਿੰਨੇ ਵੀ ਕੌਨਵੈਂਟ ਸਕੂਲ ਸਨ, ਸਾਰੇ ਬੰਦ ਕਰਵਾ ਦਿੱਤੇ ਗਏ ਨੇ। ਜੇ ਅੱਗੇ ਲੋੜ ਪਈ ਤਾਂ ਸਾਰੇ ਪੰਜਾਬ ਦੇ ਸਕੂਲ ਬੰਦ ਕਰਵਾ ਕੇ ਆਪਾਂ ਜਿੱਥੇ ਵੀ ਪ੍ਰੋਟੈਸਟ ਕਰਨਾ ਪਿਆ ਕਰਾਂਗੇ। ਇੱਥੋਂ ਦੀ ਸੜਕ ਕਿਸੇ ਹੱਦ 'ਤੇ ਨਹੀਂ ਲੰਘਣ ਦਿੱਤੀ ਜਾਏਗੀ, ਭਾਵੇਂ ਕਤਰਾ ਕਤਰਾ ਖੂਨ ਵਹਾਉਣਾ ਪਏ, ਅਸੀਂ ਬੇਰਿੰਗ ਕਾਲਜ ਦੇ ਵਿੱਚੋਂ ਦੀ ਸੜਕ ਨਹੀਂ ਲੰਘਣ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਹਾਲੇਲੂਯਾ। ਸਰਮ ਜੈਮਸੀ ਦੀ, ਮੈਂ ਜੋਰਜ ਗਿੱਲ, ਪ੍ਰਧਾਨ ਨੈਸ਼ਨਲ ਕਿਸ਼ਨ ਯੂਥ ਫਰੰਟ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ, ਅਤੇ ਮੇਰੇ ਨਾਲ ਸਾਡੇ ਨਾਲ ਪਾਸਟਰ ਮਲਿਕ ਜੀ, ਥੋਮਸ ਜੀ, ਵਿਲੀਅਮ ਜੱਟਾ ਜੀ, ਮਾਈਕਲ ਜੀ, ਵਿਲੀਅਮ ਮਸੀਹ, ਲਾਡੀ ਮਸੀਹ, ਅਤੇ ਸਾਡੀ ਫਰੰਟ ਦੀ ਟੀਮ, ਸਮੁੱਚੀ ਟੀਮ ਇਸ ਦੇ ਵਿੱਚ ਇੱਥੇ ਬੈਰਿੰਗ ਕੋਲ ਦੇ ਵਿੱਚ ਜੋ ਘਟਨਾ ਪਿਛਲੇ ਦਿਨੀ ਘਟਨਾ ਵਾਪਰੀ ਆ, ਉਹਦੇ ਵਿਰੋਧ ਵਿੱਚ ਸਾਰੇ ਇਕੱਠੇ ਹੋਏ ਹਾਂ। ਬਾਰਿਸ਼ ਦੇ ਹੁੰਦਿਆਂ ਹੋਇਆਂ ਵੀ ਪੂਰਾ ਮਸੀਹ ਭਾਈਚਾਰਾ ਚੱਟਾਂ ਨੂੰ ਖੜ੍ਹਾ ਸੀ। ਅਸੀਂ ਸਾਡੀ ਮੈਥੋਡਿਸਟ ਵੱਲੋਂ ਵੀ ਪੂਰਾ ਹੀ ਸਮੁੱਚੀ ਹੀ ਪੂਰੀ ਸਪੋਰਟ ਸੀ। ਸਕੂਲ ਬੰਦ ਕੀਤੇ ਗਏ, ਚਰਚ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਅੱਜ ਇੱਕ ਨਹੀਂ ਆ, ਇਕੱਲਾ ਮੈਥੋਡਿਸਟ ਨਹੀਂ, ਕੈਥੋਲਿਕ, CNI, ਮੈਥੋਡਿਸ ਸਾਲਵੇਸ਼ਨ ਅਤੇ ਕੈਥੋਲਿਕ ਸਾਰੇ ਇਕੱਠੇ ਹੋ ਕੇ ਇਸ ਨਾਰਾ ਮਾਰਿਆ ਕਿ ਜੋ ਸਰਕਾਰ ਨੇ ਜੋ ਗਲਤ ਨੀਤੀਆਂ ਈਸਾਈਆਂ ਦੇ ਖਿਲਾਫ਼ ਇਸ ਵੇਲੇ ਵਿਦਿਅਕ ਅਦਾਰਿਆਂ ਨੂੰ ਜੇ ਟਾਰਚਰ ਕਰਨ ਜਾ ਰਹੀ ਆ, ਉਹਨੂੰ ਆਪਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਆਪਾਂ ਹੱਦ ਤੱਕ, ਜਿੱਥੋਂ ਤੱਕ ਹੱਦ ਹੋਏਗੀ, ਆਪਾਂ ਉਸ ਤੱਕ ਜਾਵਾਂਗੇ। ਮੈਂ ਇੰਨਾ ਹੀ ਕਹਿੰਦਾ ਹੋਇਆ ਸਰਮ ਜੈਮਸੀ।